रमजानबारकाख उन्नी, उन्नी मई दी दो तारीख ए रेडियो पाकिस्ताने। तो खास खास खबर वजी अजम ने इंत निजाम इस्लामा लियान के हकूमती इरादे दो ਸਦਰ ਨੇ ਰਮਜ਼ਾਨ ਵਿੱਚ ਕੋਰੋਨਾ ਤੋਂ ਬਚਣ ਦੀਆਂ ਇhtiyati ਤਦਬੀਰਾਂ ਉਤੇ ਅਮਲ ਦਰਾਮਦ ਲਈ ਉਲਮਾ ਨੂੰ ਕਿਰਦਾਰ ਅਦਾ ਕਰਨ ਲਈ ਕਿਹਾ ਹੈ ਐਨਸੀਓਸੀ ਨੇ ਮੁਲਕ ਵਿੱਚ ਕੋਰੋਨਾ ਦੀ ਸੁਰਤ ਹਾਲ ਦੀ وجہ ਤੋਂ ਯੋਮੇ ਅਲੀ ਦੇ ਹਵਾਲੇ ਨਾਲ ਹਰ ਕਿਸਮ ਦੇ ਜਲੂਸਾਂ ਉਤੇ ਪਾਬੰਦੀ ਲਾਣ ਦਾ ਫੈਸਲਾ ਕੀਤਾ ਹੈ ਪੰਜਾਬ ਦੇ ਵਜ਼ੀਰ ਆਲਾ ਨੇ ਕਿਹਾ ਹੈ ਕਿ ਹਕੂਮਤ ਨੇ ਸੂਬੇ ਵਿੱਚ ਸੱਤ ਖਸੂਸੀ ਮਾਸ਼ੀ ਜ਼ੋਨਸ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ तुसी पूरी खबर वजीर अजम इमरान खान ने इंत निज़ाम इस्लाम लिया के हकूमती इरादे दोहराया है। ट्वीट पैगामात उन्होंने कहा कि यह इंतबाब शफाफपन लिया जमहूरीत की मज़बूती लंती निज़ाम च जदीद टेक्नोलॉजी इस्तेमाल की जाएगी ਵਜ਼ੀਰ ਆਜ਼ਮ ਨੇ ਕਿਹਾ ਕਿ ਸਾਬਕ ਅਮਰੀਕੀ ਸਦਰ ਡੋਨਲਡ ਟਰੰਪ ਤੇ ਉਹਨਾਂ ਦੀ ਟੀਮ ਨੇ 2020 ਦੇ ਸਦਾਰਤੀ ਇੰਤਖਾਬਾਤ ਨੂੰ ਮਤਨਾਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਜਦੀਦ ਟੈਕਨੋਲੋਜੀ ਦੀ ਵਜ੍ਹਾ ਤੋਂ ਉਹ ناکਾਮ ਰਹੇ ਵਜ਼ੀਰ ਆਜ਼ਮ ਨੇ ਕਿਹਾ ਕਿ ਟੈਕਨੋਲੋਜੀ ਤੇ ਇਲੈਕਟ੍ਰੋਨਿਕ VOTING ਮਸ਼ੀਨਾਂ ਦੇ ਇਸਤੇਮਾਲ ਨਾਲ ਹੀ ਇੰਤਖਾਬਾਤ ਨੂੰ ਸ਼ਫਾਫ ਰੱਖਿਆ ਜਾ ਸਕਦਾ ਹੈ ਸਦਰ ਡਾਕਟਰ ਆਰਿਫ ਅਲਵੀ ਨੇ ਉਲਮਾ ਨੂੰ ਕਿਹਾ ਹੈ ਕਿ ਉਹ ਰਮਜ਼ਾਨ ਵਿੱਚ ਕੋਰੋਨਾ ਤੋਂ ਬਚਣ ਦੀਆਂ ਹਿਫਾਜ਼ਤੀ ਤਦਬੀਰਾਂ ਉਤੇ ਅਮਲ ਕਰਵਾਉਣ ਲਈ ਆਪਣਾ ਕਿਰਦਾਰ ਅਦਾ ਕਰਨ ਉਹ ਮੁਖਤਲਫ ਉਲਮਾ ਨਾਲ ਟੈਲੀਫੋਨ ਉਤੇ ਗੱਲਬਾਤ ਕਰੇ ਸਨ ਸਦਰ ਨੇ ਅਪੀਲ ਕੀਤੀ ਕਿ ਕੋਰੋਨਾ ਤੋਂ ਬਚਣ ਲਈ ਉਲਮਾ ਹਿਫਾਜ਼ਤੀ ਤਦਬੀਰਾਂ ਉਤੇ ਅਮਲ ਦਰਾਮਦ ਕਰਵਾਉਣ ਸਦਰ ਨੇ ਕਿਹਾ ਕਿ ਉਲਮਾ ਇਸ ਮੁਸ਼ਕਲ ਦੀ ਕੜੀ ਵਿੱਚ ਕੌਮ ਨੂੰ ਅਸੂਲਾਂ ਤੇ ਕਾਇਦਿਆਂ ਉਤੇ ਅਮਲ ਦਰਾਮਦ ਕਰਨ ਲਈ ਕਹਿਣ दूजे मुल्क पाकिस्तानी बारे खास मुआमन जुल्फी बुखारी ने किया है कि हुकूमत कामयाब मजदूर प्रोग्राम शुरू कर रही है जिसके तहत मजदूर आसान शर्तों उत्ते कर्ज़ दिता जाएगा कि समंदर पार पाकिस्तानी मजदूर भी इस प्रोग्राम तो फायदा उठा सकते हैं इतलाहते नशियात बारे वजीर ममलिकत फरुख हबीब ने कहा है कि इंतखबी निज़ाम ਖਾਮੀਆਂ ਦੂਰ ਕਰਨ ਤੇ ਸ਼فاف ਤਰੀਕੇਕਾਰ ਅਪਣਾਣ ਲਈ ਜਦੀਦ ਟੈਕਨੋਲੋਜੀ ਦਾ ਇਸਤੇਮਾਲ ਬੜਾ ਜ਼ਰੂਰੀ ਹੈ। ਨਿਜੀ ਟੀਵੀ ਉੱਤੇ ਗੱਲਾਂ ਕਰਦੇ ਹੋਏ ਆਂ ਉਹਨਾਂ ਕਿਹਾ ਕਿ ਇنتਖਾਬਾਤ ਉੱਤੇ ਇਤਰਾਜ਼ ਇਲੈਕਟ੍ਰੋਨਿਕ ਵੋਟਿੰਗ ਦੇ ਨਿਜ਼ਾਮ ਨਾਲੀ ਦੂਰ ਕੀਤੇ ਜਾ ਸਕਦੇ ਨੇ। फरुख हबीब ने सारिया सियासी जमात खासकर हिस्बे इख्तलाफ दम आख्या किन ताजे नि शफाफ बनाया जा सके सवाल के जवाब उन्हजूदा हुमत दो हज़ार तई शफाफ़ादाना इंतबात कराना चाहती है इतलाहते नशियात के वजीर ममलिकत फरुख हबीब ने कहा है कि हुकूमत रमज़ानों लोगों आम वर्तन द ਸਸਤੀਆਂ ਦੇਣ ਵਾਸਤੇ ਅਰਬਾਂ ਰੁਪਏ ਦੀ رعایت ਦੇ ਰਹੀਏ ਉਹ ਫੈਸਲਾਬਾਦ ਵਿੱਚ ਮੁxtਲਫ ਯੂਟਿਲਿਟੀ ਸਟੋਰਾਂ ਦੇ ਦੌਰੇ ਦੇ ਹਵਾਲੇ ਨਾਲ ਮੀਡੀਆ ਨਾਲ ਗੱਲਾਂ ਕਰ ਰਹੇ ਸਨ ਵਜ਼ੀਰ-ਏ-ਮਾਮਲੀਕਤ ਨੇ ਸਟੋਰਾਂ ਉੱਤੇ ਸ਼ੈਵਾਂ ਦਾ ਮਿਆਰ ਵੇਖਿਆ ਤੇ ਲੋਕਾਂ ਤੋਂ ਸਹੂਲਤਾਂ ਬਾਰੇ ਪੁੱਛਿਆ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ ਨੇ ਯੋਮ-ਏ-ਅਲੀ ਦੇ ਮੌਕੇ ਉਤੇ ਹਰ ਕਿਸਮ ਦੇ ਜਲੂਸਾਂ ਉੱਤੇ پابੰਦੀ ਲਾਉਣ ਦਾ ਫੈਸਲਾ ਕੀਤਾ ਹੈ ਜਦਕਿ ਕੋਰੋਨਾ ਐਸਓਪੀਜ਼ ਦੇ ਤਹਿਤ ਮਜਿਸਾਂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਇਸ ਗੱਲ ਦਾ ਫੈਸਲਾ ਮਨਸੂਬਾ ਬੰਦੀ ਦੇ ਵਜ਼ੀਰ ਅਸਦ ਉਮਰ ਦੀ ਸਦਾਰਤ ਵਿੱਚ NCOC ਦੇ اجلاس ਵਿੱਚ ਕੀਤਾ ਗਿਆ NCOC ਦੇ ਆਲਾਮੀਆਂ ਦੇ ਮੁਤਾਬਕ ਇਹ ਫੈਸਲਾ ਕੋਰੋਨਾ ਦੀ ਖਾਸ ਕਰ ਵੱਡੇ ਸ਼ਹਿਰਾਂ ਵਿੱਚ ਵਿਗੜਦੀ ਸੂਰਤ ਹਾਲ ਨੂੰ ਸਾਹਮਣੇ ਰੱਖ ਕੇ ਕੀਤਾ ਗਿਆ ਹੈ ਸਿਹਤ ਬਾਰੇ ਖਾਸ ਮੁਆਵਨ ਡਾਕਟਰ ਫੈਸਲ ਸੁਲਤਾਨ ਨੇ ਕਿਹਾ ਹੈ ਕਿ ਕੋਰੋਨਾ ਵੈਕਸੀਨ ਸ਼ਹਿਰੀਆਂ ਨੂੰ ਵਾਇਰਸ ਦੀਆਂ ਮੁxtਲਿਫ ਕਿਸਮਾਂ ਤੋਂ ਪੈਦਾ ਮੈਡੀਕਲ ਮਸਲਿਆਂ ਤੋਂ ਬਚਾਉਣ ਵਿੱਚ ਵੀ ਬੜੀ ਮਦਦ ਦੇ ਰਹੀ ਹੈ ਇਕ ਬਿਆਨ ਵਿੱਚ ਉਹਨਾਂ ਕਹੇ ਕਿ ਪਾਕਿਸਤਾਨ ਵਿੱਚ ਜੋ ਕੋਰੋਨਾ ਦੀਆਂ ਨਵੀਆਂ ਕਿਸਮਾਂ ਆਉਣ ਤੇ ਵੈਕਸੀਨ ਦੇ ਉਹਨਾਂ ਬਾਰੇ ਅਸਰ ਅੰਦਾਜ਼ ਹੋਣ ਦੇ ਸਵਾਲ ਪੈਦਾ ਹੋ ਰਹੇ ਨੇ ਉਹਨਾਂ ਸ਼ਹਿਰੀਆਂ ਨੂੰ ਆਖਿਆ ਕਿ ਉਹ ਵਾਇਰਸ ਤੋਂ ਬਚਣ ਲਈ ਵੈਕਸੀਨ ਜ਼ਰੂਰ ਲਵਾਉਣ ਉਹਨਾਂ ਕਹੇ ਕਿ ਇਸ ਵੇਲੇ ਦੁਨੀਆ ਵਿੱਚ ਜੋ ਕੋਰੋਨਾ ਵਾਇਰਸ ਦੀਆਂ ਮختلف ਕਿਸਮਾਂ ਮੌਜੂਦ ਨੇ ਤੇ ਕੁਝ ਵਾਇਰਸ ਦੁਬਾਰਾ ਤੋਂ ਲੋਕਾਂ ਨੂੰ متاثر ਕਰਨ ਦੀ ਤਾਕਤ ਵੀ ਰੱਖਦੇ ਨੇ ਸਾਰੇ ਮੁਲਕ ਵਿੱਚ ਪਿਛਲੇ 24 ਘੰਟੇ ਵਿੱਚ ਕੋਰੋਨਾ ਵਬਾਦੀ ਵਜ੍ਹਾ ਤੋਂ 113 ਬੰਦੇ ਫੋਟ ਹੋ ਗਏ ਨੇ ਐਨਸੀਓਸੀ ਦੇ ਅਦਾਦ شمار ਦੇ ਮੁਤਾਬਕ ਇਸ ਮੁੱਦਤ ਵਿੱਚ ਹੋਰ 4414 ਮਰੀਜ਼ ਸਾਹਮਣੇ ਆਏ ਨੇ ਜਦਕਿ ਕੋਈ 45275 ਟੈਸਟ ਕੀਤੇ ਗਏ ਕਰੋਨਾ ਮੁਸਬਤ ਹੋਣ ਦੀ ਸ਼ਰ੍ਹਾ 7.4% ਰਹੀਏ ਇਹ ਖਬਰਾਂ ਤੁਸੀਂ ਰੇਡੀਓ ਪਾਕਿਸਤਾਨ ਤੋਂ ਸੁਣ ਰਹੇ ਹੋ ਪੰਜਾਬ ਦੇ ਵਜ਼ੀਰ-ਏ-ਆਲਾ ਸਰਦਾਰ ਉਸਮਾਨ ਬੁਜ਼ਾਰ ਨੇ ਸਨਤਾਂ ਦੀ ਤਰੱਕੀ ਤੇ ਇੰਤਜ਼ਾਮ ਬਾਰੇ ਫੈਸਲਾਬਾਦ ਦੀ ਕੰਪਨੀ ਦੇ ਚੇਅਰਮੈਨ ਮੀਆਂ ਕਾਸ਼ਿਫ ਅਸ਼ਫਾਕ ਨੇ ਲਾਹੌਰ ਵਿੱਚ ਮੁਲਾਕਾਤ ਕੀਤੀ ਇਸ ਮੌਕੇ ਉਤੇ ਵਜ਼ੀਰ-ਏ-ਆਲਾ ਨੇ ਕਿਹਾ ਕਿ ਹਕੂਮਤ ਨੇ ਸੂਬੇ ਵਿੱਚ 7 ਮੌਸ਼ੀ ਇਲਾਕੇ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਆਲਾ ਮ ਇਕਬਾਲ ਇੰਡਸਟਰੀਅਲ ਸਿਟੀ ਫੈਸਲਾਬਾਦ ਵਿੱਚ ਜੱਦੀ ਸਹੂਲਤਾਂ ਦਿੱਤੀਆਂ ਜਾਣਗੀਆਂ ਉਹਨਾਂ ਕਿਹਾ ਕਿ ਉਹ ਛੇਤੀ ਫੈਸਲਾਬਾਦ ਆਉਣਗੇ ਤੇ ਅਰਬਾਂ ਰੁਪਏ ਨਾਲ ਤਰੱਕਿਆਤੀ ਮਸੂਬਿਆਂ ਉਤੇ ਕੰਮ ਦਾ ਇਫਤਤਾਖ ਕਰਨਗੇ ਪੰਜਾਬ ਵਿੱਚ ਸਿਹਤ ਦੀ ਵਜ਼ੀਰ ਡਾਕਟਰ ਯਾਸਮੀਨ ਰਾਸ਼ਦ ਨੇ ਕਿਹਾ ਹੈ ਕਿ ਹਕੂਮਤ ਸੂਬੇ ਵਿੱਚ ਵੈਕਸੀਨ ਲਾਣ ਦੇ ਸੈਂਟਰਾਂ ਦੀ ਤਾਦਾਦ ਵਧਾ ਰਹੀ ਹੈ। ਇਸ ਵੇਲੇ ਤੱਕ ਦੀਆਂ ਖਬਰਾਂ ਮੁੱਕ ਗਈਆਂ ਹੋਰ ਖਬਰਾਂ ਦੇ ਤਫਸੀਲ ਸੁਣਨ ਲਈ ਤੁਸੀਂ ਸਾਡੀ ਵੈਬਸਾਈਟ radio.gov.pk ਨਾਲ ਜੁੜੇ ਰਹੋ।